47 ਦੇ ਵਿੱਚ ਪੰਜਾਬ ਵੱਡਿਆ ਟੁੱਕਿਆ ਗਿਆ, ਪਰ ਸ਼ਹਿਰ ਦੇ ਵਿੱਚ ਵੱਢ ਟੁੱਕ ਕੇ ਸਾਨੂੰ ਛੋਟਾ ਜਿਹਾ ਪੰਜਾਬ ਦੇ ਦਿੱਤਾ ਗਿਆ। ਅਸੀਂ ਤਾਂ ਯਾਰ ਹੁਣ ਦੇਖ ਲਓ, ਅਸੀਂ ਚੰਡੀਗੜ੍ਹ ਦੀ ਮੰਗ ਹੀ ਛੱਡਤੀ। ਹਰ ਸਕੂਲ ਦੇ ਵਿੱਚ ਪੰਜਾਬੀ ਬੋਲਣ ਤੇ ਪਾਬੰਦੀਆਂ ਲਾਈਆਂ ਹੋਈਆਂ ਨੇ, ਜੁਰਮਾਨੇ ਕੀਤੇ ਜਾਂਦੇ ਨੇ। ਭਾਸ਼ਾ ਵਿਭਾਗ ਦਾ ਕੰਮ ਕੀ ਹੁੰਦਾ? ਉੱਥੇ ਪੰਜਾਬੀ ਨੂੰ ਲਾਗੂ ਕਰਾਉਣਾ, ਪੰਜਾਬੀ ਦੇ ਹੱਕਾਂ ਦੇ ਪਹਿਰਾ ਦੇਣਾ। ਪਰ ਭਾਸ਼ਾ ਵਿਭਾਗ ਅੱਜ ਕੱਲ੍ਹ ਕੀ ਕਰ ਰਿਹਾ? ਲੇਖਕ ਅੱਜ ਕੱਲ੍ਹ ਕੀ ਕਰ ਰਹੇ ਨੇ? ਸੈਮੀਨਾਰ ਕਰਾ ਕੇ ਜੀ, ਅਖਬਾਰਾਂ 'ਚ ਫੋਟੋਆਂ ਲਾ ਗਈਆਂ ਜੀ, ਮਨਾ ਲਿਆ ਜੀ ਦਿਹਾੜਾ। ਮੈਂ ਇਹੀ ਬੇਨਤੀ ਕਰਨਾ ਚਾਹੁੰਦਾ, ਪਾਤਰ ਸਾਹਿਬ ਬੈਠੇ ਨੇ, ਚੇਅਰਮੈਨ ਨੇ, ਡਾਇਰੈਕਟਰ ਬੈਠੇ ਨੇ ਭਾਸ਼ਾ ਵਿਭਾਗ ਦੇ, ਸਾਰੇ ਲੇਖ ਇਕੱਠੇ ਹੋ ਕੇ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਕੇ ਕਿਉਂ ਨੀ ਮੰਗ ਅਸੀਂ ਉਠਾਉਂਦੇ? ਬਾਹਰੇ ਬੰਦੇ ਕਹਿ ਦਿੰਦੇ ਨੇ ਕਿ ਦੇਖੋ ਜੀ, ਜਿੰਨਾ ਟਾਈਮ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ, ਸਾਡੀ ਜ਼ਬਾਨ ਨਹੀਂ ਮਰ ਸਕਦੀ। ਸੰਸਕ੍ਰਿਤ ਦੇ ਵਿੱਚ ਕਿੰਨੇ ਗ੍ਰੰਥ ਲਿਖੇ ਗਏ? ਤਾਂ ਸੰਸਕ੍ਰਿਤ ਕਿੱਥੇ ਹੈ? ਭਾਰੀ ਨਹੀਂ ਸੀ ਆਉਂਦੀ? ਜਿੰਨੇ ਬੋਰਡ ਲੱਗੇ ਸਾਈਨ ਬੋਰਡ ਸੜਕਾਂ ਦੇ ਉੱਤੇ, ਉੱਪਰ ਹਿੰਦੀ, ਫਿਰ ਅੰਗਰੇਜ਼ੀ, ਫਿਰ ਪੰਜਾਬੀ, ਬਹੁਤੇ ਬੋਰਡਾਂ ਦੇ ਪੰਜਾਬੀ ਹੈ ਨਹੀਂ ਸੀ। ਅਸੀਂ ਰੰਗ ਮਾਰਿਆ, ਪਹਿਲਾਂ ਅਧਿਕਾਰੀਆਂ ਨੂੰ ਮਿਲੇ, ਕੋਈ ਸਾਡੀ ਸੁਣਵਾਈ ਨਹੀਂ ਹੋਈ। ਅਸੀਂ ਰੰਗ ਮਾਰਿਆ ਬਾਬਾ ਜੀ, 16 ਪਰਚੇ ਹੋਏ, 4 ਮਹੀਨੇ ਜੇਲ੍ਹ ਕੱਟ ਗਏ ਹਾਂ। ਮੈਂ ਲੜਦਾ ਫਿਰਦਾ, ਜਾ ਕੇ ਸਰਕਾਰ ਮੈਨੂੰ ਅੰਦਰ ਦੇ ਦਿੰਦੀ ਆ। ਕਿਉਂ ਨੀ ਕੋਈ ਬੋਲ ਰਿਹਾ? ਲੇਖ ਸਭਾ ਦਾ ਕੋਈ ਅਧਿਕਾਰੀ, ਕੋਈ ਲੇਖਕ, ਕੋਈ ਵੱਡੇ ਵੱਡੇ ਬੰਦੇ ਕਿਉਂ ਨੀ ਬੋਲਦੇ? ਵੀ ਕਿਉਂ ਨੀ ਇਕੱਠੇ ਹੁੰਦੇ? ਇੱਥੇ ਇਸ ਪੰਡਾਲ ਦੇ ਵਿੱਚ ਉਹ ਲੇਖਕ ਬੈਠੇ ਨੇ ਜਿਨ੍ਹਾਂ ਲੇਖਕਾਂ ਨੂੰ ਪੰਜਾਬੀ ਮਾਂ ਬੋਲੀ ਨੇ ਬੜਾ ਮਾਣ ਸਨਮਾਨ ਦਿੱਤਾ, ਬੜੇ ਰੁਤਬੇ ਦਿੱਤੇ ਨੇ, ਦੁਨੀਆਂ 'ਚ ਪਹਿਚਾਣ ਦਿੱਤੀ ਆ। ਸਾਢੇ 500 ਸਾਲਾ ਅੱਜ ਪੂਰੀ ਨਾਨਕ ਨਾਮ ਲੇਵਾ ਸੰਗਤ ਹੈ ਜਿਹੜੀ ਦੁਨੀਆਂ ਭਰ ਦੇ ਵਿੱਚ ਅਸੀਂ ਦਿਹਾੜਾ ਬਾਬੇ ਨਾਨਕ ਦਾ ਮਨਾ ਰਹੇ ਹਾਂ। ਅਰਬਾਂ ਰੁਪਈਆ ਖਰਚਾ ਜਾਣਾ ਹੈ, ਸਰਕਾਰਾਂ ਵੱਲੋਂ ਵੀ, ਸ਼੍ਰੋਮਣੀ ਕਮੇਟੀਆਂ ਵੱਲੋਂ ਵੀ, ਹੋਰਨਾਂ ਵੱਲੋਂ ਵੀ। ਜਿਵੇਂ ਕਿ ਅੱਜ ਇੱਥੇ ਆਪਾਂ 1 ਨਵੰਬਰ ਅੱਜ ਜਿਹੜਾ ਪੰਜਾਬ ਦਾ ਦਿਹਾੜਾ ਮਨਾ ਰਹੇ ਹਾਂ, 47 ਦੇ ਵਿੱਚ ਪੰਜਾਬ ਵੱਢਿਆ ਟੁੱਕਿਆ ਗਿਆ, ਪਰ ਸ਼ਹਿਰ ਦੇ ਵਿੱਚ ਵੱਢ ਟੁੱਕ ਕੇ ਸਾਨੂੰ ਛੋਟਾ ਜਿਹਾ ਪੰਜਾਬ ਦੇ ਦਿੱਤਾ ਗਿਆ। ਅਸੀਂ ਤਾਂ ਯਾਰ ਹੁਣ ਦੇਖ ਲਓ, ਅਸੀਂ ਚੰਡੀਗੜ੍ਹ ਦੀ ਮੰਗ ਹੀ ਛੱਡਤੀ। ਅੱਜ ਦੇ ਦਿਨ 1 ਨਵੰਬਰ ਦੇ ਦਿਨ ਅੱਗੇ ਮੈਂ ਛੋਟਾ ਹੁੰਦਾ ਸੀ ਤਾਂ ਉਹਨੂੰ ਦੇਖਦਾ ਰਿਹਾ, ਜਾਂ ਮੈਂ ਪੜ੍ਹਦਾ ਹੁੰਦਾ ਹੁਣ ਵੀ ਕਈ ਵਾਰੀ, ਕਿ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਦੇ ਲੋਕ ਇਕੱਠੇ ਹੋ ਕੇ ਧਰਨੇ ਮੁਜ਼ਾਹਰੇ ਕਰਦੇ, ਆਪਣਾ ਰੋਸ ਜ਼ਾਹਰ ਕਰਦੇ, ਆਪਣੀ ਇਹ ਮੰਗ ਰੱਖਦੇ ਕਿ ਸਾਡੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ, ਸਾਨੂੰ ਸਾਡਾ ਚੰਡੀਗੜ੍ਹ ਮਿਲਣਾ ਚਾਹੀਦਾ। ਅਸੀਂ ਤਾਂ ਉਹ ਛੱਡ ਹੀ ਚੁੱਕੇ ਹਾਂ, ਭੁੱਲ ਗਏ ਅਸੀਂ ਚੰਡੀਗੜ੍ਹ ਦੀ ਗੱਲ ਕਰਨੀ। ਸੋ ਮੈਂ ਗੱਲ ਕਰਨੀ ਚਾਹੁੰਦਾ ਕਿ ਅਰਬਾਂ ਰੁਪਈਆ ਲੱਗਣਾ ਇਹਨਾਂ ਸਮਾਗਮਾਂ ਤੇ, ਪਰ ਉਸ ਬਾਬੇ ਨਾਨਕ ਦੀ ਬੋਲੀ ਨੂੰ ਖਤਮ ਕੀਤਾ ਜਾ ਰਿਹਾ। ਉਹ ਬਾਬੇ ਨਾਨਕ ਦੀ ਬੋਲੀ ਅੱਜ ਮੈਂ ਹਰ ਸਟੇਜ ਤੇ ਬੋਲਦਾ, ਪਾਤਰ ਸਾਹਿਬ ਬੈਠੇ, ਮੈਂ ਪਾਤਰ ਸਾਹਿਬ ਨੂੰ ਕਈ ਵਾਰੀ ਮਿਲ ਕੇ ਗੁਜ਼ਾਰਿਸ਼ ਕੀਤੀ ਹੈ, ਭਾਸ਼ਾ ਵਿਭਾਗ ਦੇ ਡਾਇਰੈਕਟਰ ਬੈਠੇ ਨੇ, ਇਹਨਾਂ ਨਾਲ ਵੀ ਮੇਰੀ ਪਹਿਲਾਂ ਵਾਲੇ ਚੇਅਰਮੈਨ ਰਿਟਾਇਰ ਹੋ ਗਏ ਆ, ਨਵੇਂ ਆਏ ਨੇ, ਉਹਨਾਂ ਨਾਲ ਵੀ ਮੈਂ ਕਈ ਵਾਰੀ ਮਿਲ ਕੇ ਵੀ ਗੱਲਬਾਤ ਕੀਤੀ ਹੈ, ਚਿੱਠੀਆਂ ਵੀ ਅਸੀਂ ਭੇਜਦੇ ਰਹੇ ਹਾਂ ਕਿ ਭਾਸ਼ਾ ਵਿਭਾਗ ਦਾ ਕੰਮ ਕੀ ਆ, ਲੇਖਕਾਂ ਦਾ ਕੰਮ ਕੀ ਆ? ਇੱਕ ਸੈਮੀਨਾਰ ਕਰਾ ਦੇਣਾ, ਆ 50 ਫੁੱਟ ਦਾ ਹਾਲ ਹੋਣਾ ਹੈ, 50x50 ਦਾ, ਇਹਦੇ ਵਿੱਚ ਇੱਕ ਸੈਮੀਨਾਰ ਹੋ ਰਿਹਾ, ਕੁਛ ਲੇਖਕ ਨੇ ਜਿਹੜੇ, ਕੁਛ ਕਵੀ ਨੇ ਜਿਹੜੇ ਬੋਲ ਕੇ ਆਪਣੀਆਂ ਕਵਿਤਾਵਾਂ ਸੁਣਾ ਕੇ ਤੁਰ ਜਾਣਗੇ। ਹੋ ਗਿਆ ਪੰਜਾਬੀ ਦਾ ਵਿਕਾਸ, ਮਿਲਾ ਲਿਆ ਸੀ ਪੰਜਾਬੀ ਦਾ ਦਿਹਾੜਾ। ਅੱਜ ਸਾਡੇ ਪੰਜਾਬ ਦਾ ਕਿਹੜਾ ਸਕੂਲ ਹੈ ਜਿਹੜੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਹੈ, ਜਿਹੜੇ ਸਕੂਲ ਦੇ ਵਿੱਚ ਪੰਜਾਬੀ ਬੋਲਣ ਦਿੱਤੀ ਜਾਂਦੀ ਹੈ? ਹਰ ਸਕੂਲ ਦੇ ਵਿੱਚ ਪੰਜਾਬੀ ਬੋਲਣ ਤੇ ਪਾਬੰਦੀਆਂ ਲਾਈਆਂ ਹੋਈਆਂ ਨੇ, ਜੁਰਮਾਨੇ ਕੀਤੇ ਜਾਂਦੇ ਨੇ, ਸਾਰੇ ਦਫ਼ਤਰਾਂ ਦੇ ਵਿੱਚ ਪੰਜਾਬੀ ਨੂੰ ਕੱਢਿਆ ਜਾ ਰਿਹਾ ਹੈ, ਆਧਾਰ ਕਾਰਡਾਂ ਤੋਂ ਪੰਜਾਬੀ ਖਤਮ ਕਰਤੀ, ਬਿਜਲੀ ਦੇ ਬਿੱਲਾਂ ਤੋਂ ਪੰਜਾਬੀ ਖਤਮ ਕਰਤੀ। ਪਰ ਭਾਸ਼ਾ ਵਿਭਾਗ ਦਾ ਕੰਮ ਕੀ ਹੁੰਦਾ? ਉੱਥੇ ਪੰਜਾਬੀ ਨੂੰ ਲਾਗੂ ਕਰਾਉਣਾ, ਪੰਜਾਬੀ ਦੇ ਹੱਕਾਂ ਦੇ ਪਹਿਰਾ ਦੇਣਾ। ਪਰ ਭਾਸ਼ਾ ਵਿਭਾਗ ਅੱਜ ਕੱਲ੍ਹ ਕੀ ਕਰ ਰਿਹਾ? ਲੇਖਕ ਅੱਜ ਕੱਲ੍ਹ ਕੀ ਕਰ ਰਹੇ ਨੇ? ਸੈਮੀਨਾਰ ਕਰਾ ਕੇ ਜੀ, ਅਖਬਾਰਾਂ 'ਚ ਫੋਟੋਆਂ ਲਾ ਗਈਆਂ ਜੀ, ਮਨਾ ਲਿਆ ਜੀ ਦਿਹਾੜਾ। ਹੁਣ ਇਹ ਗੱਲਾਂ ਮੇਰੀਆਂ ਚੁਭਣ ਗਈਆਂ, ਤੁਸੀਂ ਸਾਰੇ ਸਰਕਾਰ ਦੇ ਪਾਤਰ ਹੋ, ਬਹੁਤ ਕੁਛ ਲਿਖਿਆ ਤੁਸੀਂ, ਪਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੈਨੂੰ ਇਹਨਾਂ ਗੱਲਾਂ ਦੇ ਜਵਾਬ ਕਦੋਂ ਮਿਲਣਗੇ? ਕੀ ਅਸੀਂ ਸਾਰੇ ਜਿੰਨੇ ਇੱਥੇ ਵਿਦਵਾਨ ਬੈਠੇ ਹੋ, ਲੇਖਕ ਬੈਠੇ ਹੋ, ਕੋਈ ਡਾਇਰੈਕਟਰ ਬੈਠੇ ਨੇ, ਕੋਈ ਅਹੁਦੇਦਾਰ ਬੈਠੇ ਨੇ, ਕੀ ਅਸੀਂ ਇਕੱਠੇ ਹੋ ਕੇ ਸਰਕਾਰ ਤੱਕ ਇਹ ਪਹੁੰਚ ਨਹੀਂ ਕਰ ਸਕਦੇ ਕਿ ਜਿਹੜੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਕਿਉਂ ਪਾਬੰਦੀਆਂ ਨੇ, ਕਿਉਂ ਪੰਜਾਬੀ ਨੂੰ ਜਾਣ ਬੁੱਝ ਕੇ ਮਾਰਿਆ ਜਾ ਰਿਹਾ, ਕਿਉਂ ਖਤਮ ਕੀਤਾ ਜਾ ਰਿਹਾ ਪੰਜਾਬੀ ਨੂੰ? ਯਾਦ ਰੱਖਿਓ,
ਇਹ ਪੰਜਾਬੀ ਦਾ ਮਾਂ ਬੋਲੀ ਦਾ ਕਤਲ ਹੋਣਾ ਇਹਨਾਂ ਕਾਤਲਾਂ ਨੇ ਸਾਡਾ ਸਾਰਿਆਂ ਦਾ ਨਾਂ ਹੋਣਾ ਕਿਉਂਕਿ ਅੱਜ ਅਸੀਂ ਆਪਣੇ ਕੁਰਸੀਆਂ ਨਾਲ ਚੁੰਬੜੇ ਹੋਏ ਹਾਂ, ਆਪਣੇ ਲਾਲਚਾਂ ਨਾਲ ਚੁੰਬੜੇ ਹੋਏ ਹਾਂ, ਆਪਣੇ ਹਿੱਤਾਂ ਨਾਲ ਚੁੰਬੜੇ ਹੋਏ ਹਾਂ। ਇਸ ਕਰਕੇ ਅੱਜ ਅਸੀਂ ਕੋਈ ਵੀ ਬੰਦਾ ਆਵਾਜ਼ ਬੁਲੰਦ ਕਰਨ ਨੂੰ ਤਿਆਰ ਨਹੀਂ ਹੈਗਾ। ਥੋੜੇ ਮੋਟੇ ਹੈਗੇ ਨੇ, ਮੈਂ ਇਹ ਨਹੀਂ ਕਹਿੰਦਾ ਪੰਜੇ ਉਂਗਲਾਂ ਇੱਕੋ ਜਿਹੀਆਂ ਨੇ, ਥੋੜੇ ਹੈਗੇ ਨੇ। ਇੱਥੇ ਰੌਲਾ ਪਿਆ ਸੀ ਇਸੇ ਥਾਂ ਦੇ ਉੱਤੇ ਜਦੋਂ ਤੇਜਵੰਤ ਮਾਨ ਜੀ ਬੈਠੇ ਨੇ ਤੇ ਇੱਕ ਬਾਹਰੋਂ ਆਇਆ ਹੋਇਆ ਬੰਦਾ ਸਾਡੀ ਮਾਂ ਬੋਲੀ ਬਾਰੇ ਕੀ ਬੋਲਦਾ ਸੀਗਾ, ਗਾਲਾਂ ਵੀ ਕੱਢਦਾ ਸੀ ਤੇ ਅੱਧੇ ਸਾਡੇ ਬੰਦੇ ਉਹਦੇ ਨਾਲ ਹੀ ਹੋ ਕੇ ਖੜ ਗਏ ਸੀ। ਮੈਂ ਇਹੀ ਬੇਨਤੀ ਕਰਨਾ ਚਾਹੁੰਦਾ, ਪਾਤਰ ਸਾਹਿਬ ਬੈਠੇ ਨੇ, ਚੇਅਰਮੈਨ ਨੇ, ਡਾਇਰੈਕਟਰ ਬੈਠੇ ਨੇ ਭਾਸ਼ਾ ਵਿਭਾਗ ਦੇ, ਸਾਰੇ ਲੇਖ ਇਕੱਠੇ ਹੋ ਕੇ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਕੇ ਕਿਉਂ ਨੀ ਮੰਗ ਅਸੀਂ ਉਠਾਉਂਦੇ ਕਿ ਭਾਈ ਸਾਡੇ ਸਕੂਲਾਂ ਚ ਪੰਜਾਬੀ ਬੋਲਣ ਤੇ ਕਿਉਂ ਪਾਬੰਦੀ ਹੈ, ਕਿਉਂ ਦਫ਼ਤਰਾਂ ਦੇ ਵਿੱਚੋਂ ਪੰਜਾਬੀ ਖਤਮ ਕੀਤੀ ਜਾ ਰਹੀ ਹੈ। ਸਿੱਖਿਆ ਬੋਰਡ ਦੇ ਵਿੱਚ ਕ੍ਰਿਸ਼ਨ ਕੁਮਾਰ ਲੱਗੇ ਹੋਏ ਨੇ, ਮੇਰੀ ਗੱਲ ਫੋਨ ਤੇ ਪਰ ਉਹ ਬੇਨਤੀਆਂ ਦਾ ਅਸਰ ਕਿਉਂ ਨੀ? ਮੈਂ ਪਾਤਰ ਸਾਹਿਬ ਨੂੰ ਕਿਹਾ ਬੈਠੇ ਨੇ ਜਵਾਬ ਦੇਣਗੇ। ਮੈਂ ਪਾਤਰ ਸਾਹਿਬ ਮੈਂ ਫਰੀਦਕੋਟ ਮਿਲਿਆ ਸੀ, ਮੈਂ ਕਿਹਾ ਜੀ ਆਪਾਂ ਟਾਈਮ ਰੱਖੋ, ਇੱਕ ਸਮਾਂ ਰੱਖੋ, ਜਿੰਨੀਆਂ ਸਭਾਵਾਂ ਬਣੀਆਂ ਹੋਈਆਂ ਨੇ ਸਾਰਿਆਂ ਦੇ ਜਿੰਨੇ ਅਹੁਦੇਦਾਰ ਨੇ ਲੇਖਕ ਨੇ ਬੁਲਾ ਕੇ ਇੱਕ ਮੀਟਿੰਗ ਕਰੋ, ਉਹ ਮੀਟਿੰਗ ਤੋਂ ਬਾਅਦ ਜਾ ਕੇ ਸਰਕਾਰ ਨਾਲ ਗੱਲ ਕਰੋ। ਕਿਉਂ ਨੀ ਕਰਦੇ? ਹਾਂਜੀ ਭਾ ਸਾਹਿਬ ਇੱਕ ਕੇ ਜਾਣਾ ਬੋਲ ਲਓ, ਮੈਂ ਜਵਾਬ ਦਊਂਗਾ। ਹਾਂਜੀ ਚਲੋ ਸਟੇਜ ਤੇ ਆ ਕੇ ਜਵਾਬ ਦੇ ਦਿਓ। ਨਹੀਂ ਤੁਹਾਡੇ ਦੇਖੋ, ਤੁਹਾਨੂੰ ਦੁੱਖ ਲੱਗਦਾ, ਤੁਹਾਨੂੰ ਦੁੱਖ ਲੱਗਦਾ, ਦੁੱਖੇ ਲੱਗੂਗਾ ਕਿਉਂਕਿ ਤੁਹਾਡੇ ਚੁੱਭਦੀਆਂ ਗੱਲਾਂ ਮੇਰੀਆਂ। ਤੁਸੀਂ ਕਹਿੰਦੇ ਹੋ ਇੱਕ ਮਿੰਟ, ਤੁਸੀਂ ਕਹਿੰਦੇ ਅਸੀਂ ਚੈੱਕ ਕਰਦੇ ਹਾਂ, ਤੁਹਾਨੂੰ ਇੱਕ ਵਾਰ ਤਾਂ ਮੈਨੂੰ ਜਵਾਬ ਦਿਓ। ਨਹੀਂ ਨਹੀਂ ਇੱਕ ਗੱਲ ਦਾ ਮੈਨੂੰ ਜਵਾਬ ਦੇ ਦਿਓ, ਬਿਜਲੀ ਬੋਰਡ ਨੇ ਕੀ ਬਿਜਲੀ ਬੋਰਡਾਂ ਦਾ ਜਿਹੜਾ ਦਫ਼ਤਰ ਨੇ ਉੱਥੋਂ ਦਾ ਕੰਮ ਕਾਰ ਪੰਜਾਬੀ ਚ ਹੋਵੇ ਤੁਹਾਡਾ ਕੰਮ ਨਹੀਂ ਆ? ਜਵਾਬ ਦਿਓ। ਸ਼ਕਤੀ ਹੈ ਕਿਉਂ ਨੀ ਜੀ? ਅਸੀਂ ਇਸ ਲੋੜ ਨਿਕਲ ਜਾਂਗੇ, ਸਾਡੇ ਕੋਲ ਕੋਈ ਸ਼ਕਤੀ ਨੀ, ਫਿਰ ਤਾਂ ਫਾਇਦਾ ਕੋਈ ਨੀ। ਤੁਸੀਂ ਕਿਹੜੇ ਬੋਰਡ ਨੇ, ਕਿੰਨੇ ਦਫ਼ਤਰ ਨੇ, ਕਿੱਥੇ ਜਾ ਕੇ ਚੈੱਕ ਕਰਦੇ ਹੋ? ਮੈਨੂੰ ਦੱਸੋ ਤਾਂ ਸਹੀ। ਆਹ ਡਾਇਰੈਕਟਰ ਬੈਠੇ ਨੇ ਮੈਡਮ ਮੇਰੇ ਕੋਲੇ, ਤੁਸੀਂ ਮੇਰਾ ਇੱਥੇ ਸਟੇਜ ਤੇ ਆ ਕੇ ਜਵਾਬ ਦੇ ਦਿਓ। ਮੈਨੂੰ ਬੋਲ ਰਿਹਾ ਤਾਂ ਸਟੇਜ ਤੇ ਆ ਕੇ ਜਵਾਬ ਦੇ ਦਿਓ। ਮੈਨੂੰ ਗੱਲ ਪੂਰੀ ਕਰ ਲੈਣਾ ਤੇ ਫਿਰ ਬੋਲ ਲਿਓ। ਮੈਂ ਇੱਕ ਮਿੰਟ ਦੇ ਵਿੱਚ ਆਪਣੀ ਗੱਲ ਪੂਰੀ ਕਰਨੀ ਹੈ, ਤੁਸੀਂ ਮੈਨੂੰ ਜਵਾਬ ਦੇ ਦਿਓ, ਤੁਸੀਂ ਜਵਾਬ ਦੇ ਦਿਓ, ਮੈਨੂੰ ਇੱਕ ਮਿੰਟ ਕਰ ਦਿਓ। ਹਾਂਜੀ ਹਾਂਜੀ ਇੱਕ ਮਿੰਟ, ਉਹਨਾਂ ਨੇ ਪੁੱਛਿਆ ਕਿ ਯੋਗਦਾਨ ਕੀ ਕੀਤਾ, ਹੁਣ ਸੁਣ ਲਓ ਗੱਲ। ਨੈਸ਼ਨਲ ਹਾਈਵੇ ਅਥਾਰਟੀ ਨੇ ਜਿੰਨੇ ਬੋਰਡ ਲੱਗੇ ਸਾਈਨ ਬੋਰਡ ਸੜਕਾਂ ਦੇ ਉੱਤੇ, ਉੱਪਰ ਹਿੰਦੀ ਫਿਰ ਅੰਗਰੇਜ਼ੀ ਫਿਰ ਪੰਜਾਬੀ, ਬਹੁਤੇ ਬੋਰਡਾਂ ਦੇ ਪੰਜਾਬੀ ਹੈ ਨਹੀਂ ਸੀ। ਅਸੀਂ ਰੰਗ ਮਾਰਿਆ, ਪਹਿਲਾਂ ਅਧਿਕਾਰੀਆਂ ਨੂੰ ਮਿਲੇ, ਕੋਈ ਸਾਡੀ ਸੁਣਵਾਈ ਨਹੀਂ ਹੋਈ। ਅਸੀਂ ਰੰਗ ਮਾਰਿਆ ਬਾਬਾ ਜੀ, 16 ਪਰਚੇ ਹੋਏ, 4 ਮਹੀਨੇ ਜੇਲ੍ਹ ਕੱਟ ਗਏ। ਉਸੇ ਪੰਜਾਬੀ ਲਈ ਮੈਂ ਸਕੂਲਾਂ 'ਚ ਜਾ ਕੇ ਵੀ ਲੜਦਾ, ਤੁਸੀਂ ਮੇਰੇ ਜੋ ਮੈਂ ਤਾਂ ਰੋਜ਼ ਲੜ ਸੁਣਨਾ ਵੀ ਲੜਨੀ ਆਇਆ ਹੋਇਆ ਉਹ ਬੋਰਡ ਸੁਣੋ, ਤੁਸੀਂ ਕਿਹੜਾ ਸੁਧਾਰ ਨਹੀਂ ਹੋਇਆ ਬੋਰਡ ਅਧਿਕਾਰੀ ਕੋਈ ਲੇਖਕ ਕੋਈ ਵੱਡੇ ਵੱਡੇ ਬੰਦੇ ਕਿਉਂ ਨੀ ਬੋਲਦੇ ਬਈ, ਕਿਉਂ ਨੀ ਇਕੱਠੇ ਹੁੰਦੇ? ਸੋ ਮੈਂ ਆਪਣੀਆਂ ਗੱਲਾਂ ਰੱਖਦਿਆਂ, ਮੈਂ ਚਿੱਠੀਆਂ ਵੀ ਆਉਂਦੀਆਂ ਰਹਿੰਦੀਆਂ ਨੇ ਪੰਜਾਬੀ ਪਸਾਰ ਭਾਈਚਾਰੇ ਵੱਲੋਂ, ਮਿੱਤਰ ਸੈਨ ਮੀਰ ਜੀ ਲੱਗੇ ਹੋਏ, ਡਾਕਟਰ ਪਿਆਰੇ ਲਾਲ ਗਰਗ ਲੱਗੇ ਹੋਏ ਨੇ, ਸੇਖੋਂ ਸਾਹਿਬ ਨੇ ਉਹਨਾਂ ਦਾ ਭਾਈਚਾਰਾ ਬਣਿਆ ਹੋਇਆ, 50 ਚਿੱਠੀਆਂ ਭਾਸ਼ਾ ਵਿਭਾਗ ਨੂੰ ਆਈਆਂ ਹੋਣਗੀਆਂ, ਵੀ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਜਾਵੇ, ਚਿੱਠੀ ਦਾ ਜਵਾਬ ਨਹੀਂ ਆਇਆ ਸਾਨੂੰ, ਤੁਸੀਂ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ। ਉਹ ਮੈਂ ਤਾਂ ਇਹੀ ਬੇਨਤੀ ਕਰਦਾ, ਹੱਥ ਬੰਨ ਕੇ, ਮੇਰੀ ਤੁਹਾਡੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਆ, ਕੋਈ ਲਾਗਡਾਟ ਨਹੀਂ ਆ, ਤੁਹਾਨੂੰ ਮੈਂ ਬੇਇੱਜ਼ਤ ਨਹੀਂ ਕਰਨਾ ਆਇਆ। ਮੈਂ ਕਹਿੰਦਾ ਸਾਡੀ ਜ਼ਬਾਨ ਮਰ ਰਹੀ ਹੈ, ਸਾਡੀ ਬੋਲੀ ਮਰ ਗਈ, ਇਹ ਲੱਖੀ ਨਾ ਕਰੋੜੀ ਅਰਬੀ ਸਰਬੀ ਸਾਨੂੰ ਮੁੜ ਕੇ ਮਿਲਣੀ ਨਹੀਂ, ਇੱਕ ਵਾਰੀ ਖਤਮ ਹੋ ਗਈ। ਬਾਹਲੇ ਬੰਦੇ ਕਹਿ ਦਿੰਦੇ ਨੇ ਕਿ ਦੇਖੋ ਜੀ, ਜਿੰਨਾ ਟਾਈਮ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ ਸਾਡੀ ਜ਼ਬਾਨ ਨਹੀਂ ਮਰ ਸਕਦੀ। ਸੰਸਕ੍ਰਿਤ ਦੇ ਵਿੱਚ ਕਿੰਨੇ ਗ੍ਰੰਥ ਲਿਖੇ ਗਏ, ਸੰਸਕ੍ਰਿਤ ਕਿੱਥੇ ਹੈ?
ਭਾਲੀ ਨਹੀਂ ਸੀ ਉਹਦੀ, ਇਹ ਭੁੱਲ ਗਏ ਗੱਲਾਂ। ਸੋ ਆ ਜਾਓ ਹੁਣ ਮੇਰਾ ਜਵਾਬ ਦੇ ਦਿਓ, ਤੇ ਮੈਂ ਤਾਂ ਨੀ ਤੁਹਾਡੇ ਕੋਲ ਇੰਨਾ ਤਾਂ ਆਉਂਦਾ ਹੀ ਰਹੂੰਗਾ ਜਿੰਨਾ ਟਾਈਮ ਤੁਸੀਂ ਇਹ ਗੱਲਾਂ ਬਾਤਾਂ ਆਹ ਸੈਮੀਨਾਰ ਕਰਾ ਲਓ ਜੀ। ਇੱਥੇ ਹੁਣ ਤੁਸੀਂ ਦੇਖੋ ਨੌਜਵਾਨ ਕਿੰਨੇ ਕਹਿ ਗਿਣਤੀ ਦੇ 10 ਜਾਂ 15 ਸਾਰੇ ਲੇਖ ਬੈਠੇ ਨੇ ਆਪਾਂ ਕਰਕੇ ਆਪਣਾ। ਮੈਂ ਠੀਕ ਆ ਤੁਸੀਂ ਯੋਗਦਾਨ ਪਾ ਰਹੇ ਹੋ, ਪਰ ਜਿਹੜੇ ਲੋਟ ਅੱਜ ਲੋੜ ਆ ਸਾਡੀ ਨਵੀਂ ਪੀੜ੍ਹੀ ਨੂੰ ਖਤਮ ਕਰ ਦੇਣਾ। ਨਵੀਂ ਪੀੜ੍ਹੀ ਪੰਜਾਬੀ ਬੋਲਣਾ ਭੁੱਲਦੀ ਜਾ ਰਹੀ ਹੈ, ਸਕੂਲਾਂ 'ਚ ਪੰਜਾਬੀ ਸਹੀ ਤਰੀਕੇ ਨਾਲ ਪੜ੍ਹਾਈ ਨਹੀਂ ਜਾਂਦੀ, ਸਾਡੀਆਂ ਜੜ੍ਹਾਂ ਵੱਢੀਆਂ ਜਾ ਰਹੀਆਂ ਨੇ। ਮਾਪੇ ਵੀ ਹੈਗੇ, ਸਰਕਾਰਾਂ ਵੀ ਹੈਗੀਆਂ ਨੇ, ਅਸੀਂ ਵੀ ਜ਼ਿੰਮੇਵਾਰ ਹਾਂ। ਮਾਪਿਆਂ ਨੂੰ ਤਾਂ ਮਾਤਾ ਮਾਪਿਆਂ ਦਾ ਗੁੰਮਰਾਹ ਕਰਦੇ ਆ ਕਿ ਸੋਡਾ, ਮੈਂ ਸਮਝਾਦਾ ਮਾਪਿਆਂ ਦੀ ਗੱਲ, ਹੁਣ ਇਹਦੇ ਵੀ ਲਾਉਂਗਾ ਅੱਧਾ ਮਿੰਟ ਮੈਂ। ਮਾਪਿਆਂ ਨੂੰ ਗੁੰਮਰਾਹ ਪਤਾ ਕਿਵੇਂ ਕੀਤਾ ਨਾ ਸਕੂਲਾਂ 'ਚ, ਮਾਪਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਪੰਜਾਬੀ ਦਾ ਤੁਹਾਡੇ ਜਵਾਕ ਘਰੇ ਹੀ ਬੋਲ ਲੈਂਦੇ ਆ, ਜੇ ਤੁਹਾਡੇ ਜਵਾਕ ਇੱਥੇ ਆ ਕੇ ਪੰਜਾਬੀ ਬੋਲਣਗੇ ਤਾਂ ਤੁਹਾਡੇ ਜਵਾਕਾਂ ਦੀ ਜਿਹੜੀ ਹਿੰਦੀ ਜਾਂ ਅੰਗਰੇਜ਼ੀ ਦੇ ਪਕੜਨੀ ਮਜ਼ਬੂਤ ਹੋਣੀ। ਬਹਾਨੇ ਬਣਾ ਕੇ ਸਾਡੇ ਅਨਪੜ੍ਹ ਮਾਤਾ ਪਿੰਡਾਂ ਵਾਲੇ ਵਿਚਾਰੇ ਮਹਾਤੜ ਬੰਦੇ ਹੁੰਦੇ ਆ, ਮਾੜਾ ਪ੍ਰਿੰਸੀਪਲ ਕਹਿ ਦੇ, ਮੈਨੇਜਮੈਂਟ ਕਹਿ ਦੇ, ਸਟਾਫ ਕਹਿ ਦੇ, ਉਹਦੀ ਮਗਰ ਲੱਗ ਜਾਂਦੇ ਆ। ਕੀ ਪਤਾ ਨਾ ਲੋਕਾਂ ਨੂੰ, ਇਹੀ ਤਾਂ ਮਸਲਾ, ਇਹੀ ਤਾਂ ਗੱਲਾਂ ਲਾਉਂਦੇ ਹਾਂ ਅਸੀਂ। ਸੋ ਧੰਨਵਾਦ ਜੀ। ਜਵਾਨ ਜਿਉਂਦੀ ਰਹੂ, ਦੁਨੀਆਂ 'ਚ ਮੇਰੀ ਪਹਿਚਾਣ ਜਿਉਂਦੀ ਰਹੂ, ਮੇਰੀ ਬੋਲੀ, ਮੇਰਾ ਮਾਣ, ਮੇਰਾ ਸਤਿਕਾਰ ਆ ਦੁਨੀਆਂ 'ਚ, ਜੇ ਮੇਰੀ ਪਹਿਚਾਣ ਆ ਤਾਂ ਪੰਜਾਬੀ ਕਰਕੇ ਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।